ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਹਰਜਿੰਦਰ ਸਿੰਘ ਤਗੜ ਲੈ ਕੇ ਹਾਜ਼ਰ ਆਂ ਐਜੈਂਡਾ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਅਰਦਾਬ ਪਹਿਲਾਂ ਖਬਰ ਸੰਖੇਪਚ ਉਸ ਤੋਂ ਬਾਅਦ ਦਿਆਂਗੇ ਵਿਸਤਾਰ ਰਾਣੀ ਨੂੰ ਕੌਣ ਕਹੇ ਅੱਗਾ ਟੱਕ ਹਰ ਹਾਈ ਕੋਰਟ ਦੇ ਵਕੀਲ ਐਚ ਸੀ ਅਰੋੜਾ ਨੇ ਇਹੋ ਜਿਹਾ ਕੰਮ ਕਰ ਦਿੱਤਾ ਹੈ ਅਤੇ ਹਾਈ ਕੋਰਟ ਦੇ ਰਜਿਸਟਰਾਰ ਨੂੰ ਇੱਕ ਰਿਪਰੈਜ਼ੈਂਟੇਸ਼ਨ ਦੇ ਕੇ ਜਾਂ ਕਹੋ ਇੱਕ ਨੋਟਿਸ ਦੇ ਕੇ ਕਿ ਹੈ ਕਿ ਮੈਨੂੰ ਦੱਸਿਆ ਜਾਏ ਕਿ ਜਿਹੜਾ ਕਾਨੂੰਨੀਆ ਨੋਟੀਫਿਕੇਸ਼ਨ ਹਾਈ ਕੋਰਟ ਨੇ 28 5 2021 ਨੂੰ ਜਾਰੀ ਕੀਤਾ ਸੀ ਨੋਟੀਫਿਕੇਸ਼ਨ ਰਾਹੀਂ ਉਹਨੂੰ ਕਿੰਨਾ ਕੁ ਲਾਗੂ ਕਰ ਦਿੱਤਾ ਗਿਆ ਇਹ ਨੋਟੀਫਿਕੇਸ਼ਨ ਸੀ ਕਿ ਜਿਹੜੇ ਸੀਨੀਅਰ ਐਡਵੋਕੇਟ ਡੈਜ਼ਿਗਨੇਟ ਹੋਣਗੇ ਹਾਈ ਕੋਰਟ ਦੇ ਵਿੱਚ ਉਹ ਪ੍ਰੋ ਬੋਨੋ ਬੇਸਿਸ ਤੇ ਗਰੀਬਾਂ ਦੇ ਕੇਸ ਲੜਨਗੇ pro bono ਇੱਕ ਲਾਟਿਨ ਫਰੇਜ਼ ਆ ਜਿਹਦਾ ਮਤਲਬ ਹੈ ਕਿ ਫॉर ਪਬਲਿਕ ਗੁੱਡ ਤੇ ਲਾਟਿਨ ਚ ਇਹਨੂੰ ਕਹਿੰਦੇ ਆ pro bono publico ਸੋ ਇਸ ਸਿਧਾਂਤ ਨੂੰ ਮੁੱਖ ਰੱਖਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 28/5/21 ਨੂੰ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਤਹਿਤ ਲਾਜ਼ਮੀ ਕਰ ਦਿੱਤਾ ਗਿਆ ਸੀ ਕਿ ਜਿਨਨੇ ਵੀ ਸੀਨੀਅਰ ਐਡਵੋਕੇਟ ਡੈਜ਼ਿਗਨੇਟ ਕੀਤੇ ਜਾਂਦੇ ਨੇ ਉਹ 1 ਸਾਲ ਦੇ ਵਿੱਚ 10 ਕੇਸ ਗਰੀਬਾਂ ਦੇ ਮੁਫਤ ਲੜਨਗੇ ਹਾਈ ਕੋਰਟ ਦੇ ਵਿੱਚ 103 ਸੀਨੀਅਰ ਐਡਵੋਕੇਟ ਨੇ ਇਹ ਨੋਟਿਸ ਜਾਰੀ ਕਰਕੇ ਰਜਿਸਟਰਾਰ ਨੂੰ ਬੇਨਤੀ ਕੀਤੀ ਗਈ ਹੈ ਐਡਵੋਕੇਟ अरोड़ा ਵੱਲੋਂ ਕਿ ਜੇ ਤੁਸੀਂ ਮੈਨੂੰ ਇਹ ਜਾਣਕਾਰੀ ਨਹੀਂ ਦਿੰਦੇ ਕਿ ਹੁਣ ਤੱਕ ਤੁਸੀਂ ਕਿੰਨੇ ਸੀਨੀਅਰ ਐਡਵੋਕੇਟਸ ਤੋਂ ਕਿੰਨੇ ਕੇਸ ਮੁਫਤ ਕਰਵਾਏ ਹੈ ਗਰੀਬਾਂ ਦੇ ਤਾਂ ਮੈਂ 15 ਦਿਨ ਬਾਅਦ ਪਬਲਿਕ ਇੰਟਰਸਟ ਲਿਟੀਗੇਸ਼ਨ ਯਾਨੀ ਕਿ ਪੀ ਆਈ ਐਲ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਦੇ ਪ੍ਰਬੰਧਕਾਂ ਦੇ ਵਿਰੁੱਧ ਦਾਇਰ ਕਰ ਦਿਆਂਗਾ ਸਾਨੂੰ ਦਿੰਨੇ ਆ ਖਬਰ ਦੇ ਵਿਸਤਾਰ ਸਭ ਤੋਂ ਪਹਿਲਾਂ ਸਕਰੀਨ ਤੇ ਵੇਖੋ ਬੇਨਤੀ ਕਰੂੰਗਾ ਵੀਡੀਓ ਡਿਟਰ ਨੂੰ ਕਿ ਐਚ ਸੀ ਅਰੋੜਾ ਐਡਵੋਕੇਟ ਸਾਹਿਬ ਦੀ ਇਹ ਪਟੀਸ਼ਨ ਜਾਂ ਕੋ ਰਿਪਰੈਜੈਂਟੇਸ਼ਨ ਜੋ ਉਹਨਾਂ ਨੇ ਰਜਿਸਟਰਾਰ ਨੂੰ ਦਿੱਤੀ ਆ ਉਹ ਸਕਰੀਨ ਤੇ ਦਿਖਾਤੀ ਜਾਏ ਇਸ ਸੰਖੇਪ ਰਿਪਰੈਜੈਂਟੇਸ਼ਨ ਜ ਬੜਾ ਹੀ ਬਰੀਫ ਅਤੇ ਟੂ ਦੀ ਪੁਆਇੰਟ ਸਵਾਲ ਖੜਾ ਕੀਤਾ ਗਿਆ ਹੈ ਹਾਈ ਕੋਰਟ ਦੇ ਪ੍ਰਬੰਧਨ ਉਹਨਾਂ ਨੇ ਕਿਹਾ ਰਜਿਸਟਰਾਰ ਨੂੰ ਕਿ ਮੈਨੂੰ ਸੂਚਿਤ ਕੀਤਾ ਜਾਏ ਕਿ ਹੁਣ ਤੱਕ 2021 ਤੋਂ ਲੈ ਕੇ ਹੁਣ ਤੱਕ ਤੁਸੀਂ ਕਿੰਨੇ ਕੇਸ ਪ੍ਰੋ ਬੋਨੋ ਬੇਸਿਸ ਤੇ ਸੀਨੀਅਰ ਐਡਵੋਕੇਟਸ ਤੋਂ ਕਰਵਾਏ ਨੇ ਯਾਨੀ ਕਿ ਲੜਵਾਏ ਨੇ ਇਹਦਾ ਮਤਲਬ ਇਹ ਹੋਇਆ ਕਿ ਜੇ 10 ਕੇਸ ਸੀਨੀਅਰ ਐਡਵੋਕੇਟ ਨੇ ਹਰ ਸਾਲ ਅੰਡਰ ਲੀਗਲ ਏਡ ਸਕੀਮ ਜਿਹਨੂੰ ਕਹਿੰਦੇ ਹੈ ਜੀ ਇਹ ਵੀ ਕਹਿੰਦੇ ਹੈ ਜੀ ਫ੍ਰੀ ਲੀਗਲ ਏਡ ਸਕੀਮ ਜਿਹੜੀ ਕਿ ਗਰੀਬ ਰਿਟਿਗੈਂਸ ਦੇ ਵਾਸਤੇ ਚਲਾਈ ਗਈ ਹੈ ਹਾਈ ਕੋਰਟ ਵੱਲੋਂ ਉਸ ਦੇ ਤਹਿਤ ਕਿੰਨੇ ਕੇਸ ਤੁਸੀਂ ਇਹ ਲੜਾਈ ਹੈ ਜੇ ਇਹਨੂੰ ਧਿਆਨ ਚ ਰੱਖੀਏ ਤਾਂ ਇਹ ਬਣ ਗਏ ਜੀ ਕੁੱਲ ਕੇਸ 1300 ਕੇਸ ਹਾਈ ਕੋਰਟ ਦੇ ਵਿੱਚ ਗਰੀਬਾਂ ਵੱਲੋਂ ਜਿਹੜੇ ਦਾਇਰ ਹੁੰਦੇ ਆ ਉਹ ਮੁਫਤ ਲੜੇ ਜਾਣੇ ਹੁੰਦੇ ਆ ਸੋ ਐਡਵੋਕੇਟ ਐਚ ਸੀ ਅਰੋੜਾ ਨੇ ਕਿਹਾ ਕਿ ਮੈਨੂੰ ਸਾਰੀ ਸੂਚਨਾ ਦਿੱਤੀ ਜਾਵੇ ਨਾਲ ਉਹਨਾਂ ਨੇ ਇਹ ਵੀ ਕਿਹਾ ਜੇ ਇਹ ਜਿਹੜਾ ਨੋਟੀਫਿਕੇਸ਼ਨ ਹੈ ਜਿਹੜਾ ਫੁੱਲ ਕੋਰਟ ਆਫ ਦੀ ਹਾਈ ਕੋਰਟ ਨੇ ਜਾਰੀ ਕੀਤਾ ਜੇ ਇਹ ਲਾਗੂ ਤੁਹਾਡੇ ਵੱਲੋਂ ਹੁਣ ਤੱਕ ਨਹੀਂ ਕੀਤਾ ਗਿਆ ਤਾਂ ਫਿਰ ਉਹਨਾਂ ਸਾਰੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਏ ਫॉर ਜਿਹਨੂੰ ਕਹਿੰਦੇ ਜੀ ਡੈਰੈਕਸ਼ਨ ਆਫ ਡਿਊਟੀ ਇਕ ਕਤਾਹੀ ਕਰਨ ਦੇ ਲਈ ਜ਼ਿੰਮੇਵਾਰੀ ਤੈਅ ਕੀਤੀ ਜਾਏ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਏ ਇੱਥੇ ਇਹ ਦੱਸਦੇ ਚੱਲਿਏ ਕਿ ਹਾਈ ਕੋਰਟ ਦੇ ਮਤ ਹੈ ਜਿਹੜੇ ਪ੍ਰਬੰਧਨ ਦੇ ਵਿੱਚ ਕੰਮ ਕਰਦੇ ਅਧਿਕਾਰੀ ਉਹ ਜੱਜ ਹੁੰਦੇ ਆ ਛੋਟੀਆਂ ਅਦਾਲਤਾਂ ਦੇ ਯਾਨਕਿ ਲੋਅਰ ਜੁਡੀਸ਼ਰੀ ਦੇ ਉਹਦੇ ਵਿੱਚ ਅਪ ਟੂ ਦੀ ਰੈਂਕ ਆਫ ਸੈਸ਼ਨ ਜੱਜ तैनात ਹੁੰਦੇ ਆ ਤੇ ਇਹਨਾਂ ਵਿੱਚੋਂ ਹੀ ਫਿਰ ਹਾਈ ਕੋਰਟ ਦੇ ਜੱਜ ਅੱਗੇ ਉਹ ਨਿਯੁਕਤ ਕੀਤੇ ਜਾਂਦੇ ਆ ਭਾਰਤੀ ਡੈਮੋਕ੍ਰੇਸੀ ਲੋਕਤੰਤਰ ਅਤੇ ਸਾਡੀ ਜੁਡੀਸ਼ਰੀ ਦਾ ਇੱਕੋ ਮੰਤਵ ਹੈ ਲੋਕ हित ਦੇ ਵਿੱਚ ਕੰਮ ਕਰਨਾ ਫੋਰ ਦੀ ਪਬਲਿਕ ਗੁੱਡ ਤੇ ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਜੱਜ ਸਹਿਬਾਨ ਨੇ ਵਧੀਆ ਨੋਟੀਫਿਕੇਸ਼ਨ 2021 ਦੇ ਵਿੱਚ ਜਾਰੀ ਕੀਤਾ ਪਰ ਉਸ ਦੀ ਇੰਪਲੀਮੈਂਟੇਸ਼ਨ ਤੇ ਸਵਾਲ ਖੜੇ ਕਰ ਦਿੱਤੇ ਗਏ ਐ ਐਡਵੋਕੇਟ ਐਚ ਸੀ ਅਰੋੜਾ ਵੱਲੋਂ ਤੇ ਹੁਣ ਵੇਖਣਾ ਇਹ ਹੈ ਕਿ ਇਹ ਜਿਹੜੀ ਰਿਪਰੈਜ਼ੈਂਟੇਸ਼ਨ ਹੈ 19 ਨਵੰਬਰ ਨੂੰ ਦਿੱਤੀ ਗਈ ਤੇ 15 ਦਿਨ ਦਾ ਸਮਾਂ ਰਜਿਸਟਰਾਰ ਨੂੰ ਦਿੱਤਾ ਗਿਆ ਕਿ ਮੈਨੂੰ ਜਵਾਬ ਦਿਓ ਜੇ 15 ਦਿਨਾਂ 'ਚ ਜਵਾਬ ਨਹੀਂ ਦਿੰਦਾ ਤਾਂ ਫਿਰ ਹਾਈ ਕੋਰਟ ਦੇ ਵਿੱਚ ਹੀ ਪਬਲਿਕ ਇੰਟਰਸਟ ਇੰਟਰਸਟ ਲਿਟੀਗੇਸ਼ਨ ਹਾਈ ਕੋਰਟ ਦੇ ਪ੍ਰਬੰਧਨ ਦੇ ਵਿਰੁੱਧ ਹੀ ਅਰੋੜਾ ਸਾਹਿਬ ਦਾਇਰ ਕਰ ਦੇਣਗੇ ਸੋ ਹੁਣ ਰਹਿ ਗਏ ਜੀ ਦਿਨ ਕਿੰਨੇ ਅੱਜ ਹੋ ਗਈ 3 ਦਸੰਬਰ ਤੇ ਦਿਨ ਰਹਿ ਗਏ 2 2 ਦਿਨਾਂ ਦੇ ਅੰਦਰ ਅੰਦਰ ਜੇ ਰਜਿਸਟਰਾਰ ਐਚ ਸੀ ਅਰੋੜਾ ਦੀ ਰਿਪਰੈਜੈਂਟੇਸ਼ਨ ਦਾ ਜਵਾਬ ਨਹੀਂ ਦਿੰਦਾ ਤਾਂ ਫਿਰ ਐਡਵੋਕੇਟ ਐਚ ਸੀ ਅਰੋੜਾ will be at liberty to file PIL in the high court ਤੇ ਉਹਦੇ ਨਾਲ ਫਿਰ ਹੁਣ ਹੋਏਗਾ ਕਿ ਸਾਰੀ ਹਾਈ ਕੋਰਟ ਦਾ ਪ੍ਰਬੰਧਨ ਹੈ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹ ਹਰਕਤ ਚ ਆਏਗੀ ਐਕਟੀਵੇਟ ਹੋਏਗੀ ਇਸ ਕਿਸਮ ਦੇ ਸੁਹਰਦ ਐਡਵੋਕੇਟ ਬਹੁਤ ਘੱਟ ਵੇਖਣ ਨੂੰ ਮਿਲਦੇ ਆ ਜਿਹੜੇ ਕਿ ਲੋਕ ਹਿੱਤ ਦੇ ਵਿੱਚ ਕੰਮ ਕਰਦੇ ਆ ਅਤੇ ਆਪਣਾ ਸਮਾਂ ਔਰ ਸਕਿੱਲ ਕੱਢ ਕੇ ਲੋਕ ਹਿੱਤ ਦੇ ਵਿੱਚ ਮਸਲੇ ਖੜੇ ਕਰਦੇ ਆ ਉਠਾਉਂਦੇ ਆ ਸੋ ਅਸੀਂ ਇਹ ਆਸ ਕਰਾਂਗੇ ਕਿ ਹਾਈ ਕੋਰਟ ਦੇ ਰਜਿਸਟਰਾਰ ਸਾਹਿਬ ਰਹਿੰਦੇ 2 ਦਿਨਾਂ ਦੇ ਵਿੱਚ ਵਿੱਚ ਐਡਵੋਕੇਟ ਐਚਸੀ ਅਰੋੜਾ ਦੇ ਰਿਪਰੈਜ਼ੈਂਟੇਸ਼ਨ ਦਾ ਜਵਾਬ ਦੇ ਦੇਣ ਤੇ ਨਹੀਂ ਤਾਂ ਫਿਰ ਜਿਹੜਾ ਪ੍ਰੋਸੈਸ ਆਫ ਲਾ ਹੈ ਉਹ ਸ਼ੁਰੂ ਕਰ ਦਿੱਤਾ ਜਾਏਗਾ ਐਡਵੋਕੇਟ ਅਰੋੜਾ ਵੱਲੋਂ ਐਡਵੋਕੇਟ ਅਰੋੜਾ ਨੇ ਆਪਣੀ ਰਿਪਰੈਜ਼ੈਂਟੇਸ਼ਨ 'ਚ ਇਹ ਵੀ ਲਿਖਿਆ ਹੈ ਜੇ ਕਿਸੇ ਗਰੀਬ ਵਿਅਕਤੀ ਨੂੰ ਸੀਨੀਅਰ ਐਡਵੋਕੇਟ ਦੀਆਂ ਸੇਵਾਵਾਂ ਮਿਲ ਜਾਣ ਤਾਂ ਉਹਨੂੰ ਬਹੁਤ ਖੁਸ਼ੀ ਹੋਏਗੀ ਅਜਿਹੇ ਕਰਨ ਦੇ ਨਾਲ ਜੁਡੀਸ਼ਰੀ ਦਾ ਸਮਾਜ ਦੇ ਵਿੱਚ ਵਕਾਰ ਵਧੇਗਾ ਤੇ ਦੋਸਤੀ ਜਿਹੜੀ ਸਮਾਜ ਨਾਲ ਹੈ ਲੋਕਾਂ ਨਾਲ ਹੈ ਉਹਦੇ ਵਿੱਚ ਵਾਧਾ ਹੋਏਗਾ ਦੀ ਇਮੇਜ ਆਫ ਦੀ ਜੁਡੀਸ਼ਰੀ ਐਂਡ ਦੀ ਜਜਸ ਵਿਲ ਇੰਪਰੂਵ ਜੇ ਇਹ ਸਕੀਮ ਲਾਗੂ ਕਰ ਦਿੱਤੀ ਜਾਂਦੀ ਆ ਜੇ ਹਾਈ ਕੋਰਟ ਆਪਣੇ ਹੁਕਮਾਂ ਨੂੰ ਲਾਗੂ ਕਰਵਾਉਣ ਦੇ ਵਿੱਚ ਖੁਦ ਕਾਮਯਾਬ ਹੋ ਜਾਂਦੀ ਦੋਸਤੋ ਹੁਣ ਗੱਲ ਹਾਈ ਕੋਰਟ ਦੀ ਆਰ ਦੇ ਪ੍ਰਬੰਧਨਾਂ ਦੀ ਸ਼ੁਰੂ ਹੋਈ ਆ ਤਾਂ ਇੱਕ ਚੀਜ਼ ਹੋਰ ਤੁਹਾਡੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦੇ ਆ ਹਾਈ ਕੋਰਟ ਦੇ ਵਿੱਚ ਜਿਹੜੇ ਕੇਸ ਜੱਜ ਸਾਹਿਬਾਨ ਦੇ ਅੱਗੇ ਲੱਗਦੇ ਆ ਉਹਦਾ ਅਧਿਕਾਰ ਖੇਤਰ ਪ੍ਰਬੰਧਕਾਂ ਕੋਲ ਹੁੰਦਾ हेटलिस्ट ਆਫ ਕੋਲ ਹੁੰਦਾ ਸੋ ਉਸ ਦੇ ਸੰਬੰਧ ਵਿੱਚ ਜ਼ਿਕਰ ਕਰਨਾ ਚਾਹਾਂਗੇ ਇਸ ਵਿਸ਼ੇ ਤੇ ਸਾਨੂੰ ਕੁਝ ਸੂਚਨਾ ਪਹਿਲਾਂ ਵੀ ਮਿਲੀ ਸੀ ਪਰ ਇੱਕ ਵਿਸ਼ਾ ਹੋਰ ਅਸੀਂ ਤੁਹਾਡੇ ਧਿਆਨ ਤੇ ਹਾਈ ਕੋਰਟ ਦੇ ਜੱਜ ਸਾਹਿਬਾਨ ਦੇ ਧਿਆਨ ਚ ਲਿਆਉਣਾ ਚਾਹੁੰਦੇ ਹਾਂ ਕਿਉਂਕਿ ਜਿਹੜਾ ਰਜਿਸਟਰਾਰ ਕੋਲ ਪਾਵਰ ਹੈ ਯਾਨੀ ਕਿ ਰਜਿਸਟਰੀ ਕੋਲ ਪਾਵਰ ਹੈ ਕੇਸ ਨੂੰ ਪਟੀਸ਼ਨ ਨੂੰ ਜੱਜ ਸਾਹਿਬਾਨ ਦੇ ਅੱਗੇ ਲਾਉਣ ਦੀ ਉਹਦੇ ਤੇ ਵੀ ਕਿਸੇ ਕਿਸਮ ਦੀ ਰੂਲ ਰੈਗੂਲੇਸ਼ਨ ਹੋਣ ਦੀ ਲੋੜ ਹੈ ਜਾਂ ਹੈਗੇ ਆ ਤਾਂ ਉਹਨਾਂ ਨੂੰ ਫੋਲੋ ਕਰਨ ਦੀ ਲੋੜ ਹੈ ਤੇ ਉਹਦੇ ਵਿੱਚ ਦੀ ਐਲੀਮੈਂਟ ਆਫ ਡਿਸਕ੍ਰੀਸ਼ਨ ਉਹਨੂੰ ਘਟਾਉਣ ਦੀ ਜਾਂ ਖਤਮ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ ਇਸ ਵਿਸ਼ੇ ਤੇ ਤੁਹਾਡੇ ਧਿਆਨ ਚ ਲਿਆਉਣੇ ਆ ਅਸੀਂ ਦੋ ਕੇਸ ਪਹਿਲਾ ਹੈਗਾ ਜੀ ਸੀ ਆਰ ਏ ਐਸ 3546 ਦੂਜਾ ਹੈਗਾ ਇਹ ਜੀ C R A S 3547 ਇਹ ਦੋਨੋਂ ਕੇਸ ਪ੍ਰੋਵੈਂਸ਼ਨ ਆਫ ਕਰਪਸ਼ਨ ਐਟ ਤਹਿਤ ਮੁਹਾਲੀ ਦੀਆਂ ਦੋ ਵੱਖ-ਵੱਖ ਅਦਾਲਤਾਂ ਵੱਲੋਂ ਇੱਕੋ ਦਿਨ ਡਿਸਾਈਡ ਹੋਏ ਦੋਹਾਂ ਮੁਲਜ਼ਮਾਂ ਨੂੰ ਕੈਦ ਕੀਤੀ ਗਈ ਤੇ ਦੋਹਾਂ ਮੁਲਜ਼ਮਾਂ ਨੇ ਇੱਕੋ ਦਿਨ 29 ਨਵੰਬਰ ਨੂੰ ਆਪਣੀਆਂ ਅੱਗੇ ਅਪੀਲਸ ਹਾਈ ਕੋਰਟ ਦੇ ਵਿੱਚ ਪਾ ਦਿੱਤੀਆਂ ਗਈਆਂ ਪਰ ਜਿਹੜੀ ਹੈਗੀ ਆ ਅਪੀਲ ਸੀ ਆਰ اے ਐਸ ਨੰਬਰ 3546 ਉਹ ਲਿਸਟ ਹੋ ਗਈ ਆ 3011 ਨੂੰ 11 12 ਨੂੰ ਲੱਗੀ 2 12 23 ਨੂੰ ਵੀ ਲੱਗੀ ਦੂਜੇ ਪਾਸੇ ਦੂਜੀ ਜਿਹੜੀ ਅਪੀਲ ਆ ਸੀ ਆਰ اے ਐਸ ਨੰਬਰ 3547 ਉਹ ਅੱਜ ਤੱਕ ਰਜਿਸਟਰੀ ਨੇ ਜੱਜ ਸਾਹਿਬਾਨ ਦੇ ਅੱਗੇ ਪੇਸ਼ ਹੀ ਨਹੀਂ ਕੀਤੀ ਇੱਕੋ ਅਦਾਲਤ ਯਾਨੀ ਕਿ ਜਿੱਥੇ ਹਾਈ ਕੋਰਟ 'ਚ ਜਾਣੇ ਆ ਪੀਸੀਏ ਦੇ ਕੇਸ ਇਹ ਪੰਜਾਬ ਵਜੀਲੈਂਸ ਬਿਊਰੋ ਦੇ ਕੇਸ ਨੇ ਤੇ ਇਹ ਫਿਰ ਇੱਕੋ ਦਿਨ ਹਾਈ ਆਪਣਾ ਲੋਅਰ ਕੋਰਟ ਦੇ ਵਿੱਚ ਡਿਸਾਈਡ ਹੋਏ ਤੇ ਹਾਈ ਕੋਰਟ ਦੇ ਵਿੱਚ ਇੱਕੋ ਦਿਨ ਯਾਨੀ ਕਿ 29 ਨਵੰਬਰ ਨੂੰ ਅਪੀਲਜ਼ ਦਾਇਰ ਕੀਤੀ ਗਈਆਂ ਇੱਕ ਕੇਸ ਤਾਂ ਤਿੰਨ ਵਾਰੀ ਲੱਗ ਗਿਆ ਦੂਜੇ ਦੀ ਹਜੇ ਵਾਰੀ ਨਹੀਂ ਆਈ ਇਸ ਸੰਬੰਧ ਦੇ ਵਿੱਚ ਇਹ ਵਿਸ਼ਾ ਬੜਾ ਗੰਭੀਰ ਹੈ ਤੇ ਇਹ ਤੋਂ ਕਈ ਕਿਸਮ ਦੇ ਸ਼ੰਕੇ ਵਕੀਲ ਸਹਿਬਾਨਾਂ ਦੇ ਮਨਾਂ ਦੇ ਵਿੱਚ ਤੇ ਲੋਕਾਂ ਦੇ ਮਨਾਂ ਦੇ ਵਿੱਚ ਖੜੇ ਹੁੰਦੇ ਆ this needs to be clarified ਇਹ ਸਾਡੀ ਬੇਨਤੀ ਹਾਈ ਕੋਰਟ ਦੇ ਪ੍ਰਬੰਧਕਾਂ ਨੂੰ ਕੀਤੀ ਜਾ ਰਹੀ ਹੈ ਸਾਡੇ ਵੱਲੋਂ ਸੋ ਇਸ ਵਿਸ਼ੇ ਨੂੰ ਵੀ ਤੁਸੀਂ ਜ਼ਰਾ ਧਿਆਨ ਨਾਲ ਸੁਣ ਲਓ ਜਿਹੜਾ ਮੈਂ ਦੱਸਿਆ ਕਿ ਇੱਕ ਪਟੀਸ਼ਨ ਅਪੀਲ 35 42 23547 ਤੇ ਇਹ ਦੋਨੋਂ ਅਪੀਲਾਂ ਹਾਈ ਕੋਰਟ ਦੇ ਇੱਕ ਜੱਜ ਸਾਹਿਬਾਨ ਕੋਲ ਹੀ ਜਾਣੀਆਂ ਇਹ ਕਿਉਂਕਿ ਜਿਹੜੇ ਪ੍ਰੋਵੈਂਸ਼ਨ ਆਫ ਕਰਾਪਸ਼ਨ ਐਕਟ ਦੇ ਕੇਸ ਆ ਹਾਈ ਕੋਰਟ ਦੇ ਵਿੱਚ ਇਸ ਵਕਤ ਇੱਕੋ ਜੱਜ ਸਾਹਿਬ ਸੁਣ ਰਹੇ ਨੇ ਤੇ ਫਿਰ ਗੱਲ ਕੀ ਆ ਜਦੋਂ ਧਾਇਰ ਅਪੀਲਾਂ ਇੱਕੋ ਦਿਨ ਹੋਈਆਂ 29 ਨਵੰਬਰ ਨੂੰ ਤੇ ਇੱਕ ਕੇਸ ਤਿੰਨ ਵਾਰੀ ਉਹਦੀ ਸੁਣਵਾਈ ਹੋ ਗਈ ਉਹ ਸੁਣਵਾਈ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਕਿ ਪਹਿਲਾਂ ਇੱਕ ਨੂੰ ਵੀ ਹੋ ਗਈ ਫਿਰ ਯਾਨੀ ਕਿ ਤਿੰਨ ਤਰੀਕ ਤਾ 2 ਤਰੀਕ ਤੱਕ ਤਿੰਨ ਸੁਣਵਾਈਆਂ ਉਹਦੀਆਂ ਹੋ ਗਈਆਂ ਤੇ ਇੱਕ ਕੇਸ ਦੀ ਵਾਰੀ ਵੀ ਨਹੀਂ ਆਈ ਹਜੇ ਯਾਨੀ ਕਿ ਉਹਨੂੰ ਪਾਈਪਲਾਈਨ ਦੇ ਵਿੱਚ ਹੀ ਨਹੀਂ ਪਾਇਆ ਗਿਆ ਇਹਦਾ ਮਤਲਬ ਇਹ ਆ ਕਿ ਜਿਹੜਾ ਪ੍ਰੋਸੈਸ ਆਫ ਅਲੋਟਮੈਂਟ ਆਫ ਕੇਸਸ ਆ ਉਹਦੇ ਵਿੱਚ ਕੋਈ ਡਿਸਕ੍ਰਿਪਸ਼ਨ ਵਰਤੀ ਜਾ ਰਹੀ ਹੈ ਐਂਡ ਜਦੋਂ ਡਿਸਕ੍ਰਿਪਸ਼ਨ ਵਰਤੀ ਜਾਂਦੀ ਹੈ ਤੇ ਉਦੋਂ ਫਿਰ ਬਹੁਤ ਸਾਰੇ ਫੈਕਟਰ ਉਹ ਦੇ ਕਮ ਇਨਟੂ ਪਲੇ ਆਇਨਾ ਬੇਨਤੀਆਂ ਦੇ ਨਾਲ ਜੀ ਮੈਂ ਇਜਾਜ਼ਤ ਚਾਹੁੰਦਾ ਮੈਨੂੰ ਰਜਿੰਦਰ ਸਿੰਘ ਤੱਗੜ ਨੂੰ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ হাফেজ